नाम रामपाल सिंह जी। रामपाल जी कितने रहने हो? बलबेड़े जी। की मामला रामपाल जी? एक कुड़ी नाल जी बहुत बलात्कार कराया एक कुड़ी नाल जी। किन्ने ने? कौन है बंदा जी? पिंड दे मुंडे ने जी। की नाम? नाम दली सिंह जी। एक दा नाम अमन सिंह जी। 12 साल की कुड़ी है जी। ਸੈਂਸੀ ਬਰਾਦਰੀ ਹੈ ਜੀ। ਹਾਂਜੀ ਕਰਾਈ ਹੋਈ ਹੈ ਜੀ। ਰਾਤ ਹੋਇਆ ਜੀ, 8 ਵਜੇ ਹੋਇਆ ਜੀ ਇਹ ਕੰਮ ਜੀ। ਕੀ ਕਹਿਣਾ ਚਾਹੋਗੇ ਜਿਵੇਂ ਆਪਾਂ ਕਹਿ ਰਹੀਏ ਵੀ ਦਲਿਤ ਭਾਈਚਾਰਾ ਜਿਹੜਾ ਹੈਗਾ ਜਾਂ ਹੋਰ ਉਹਨਾਂ ਦੀਆਂ ਲੜਕੀਆਂ ਨਾਲ ਇਹੋ ਜਿਹੇ ਅੱਤਿਆਚਾਰ ਹੁੰਦੇ ਨੇ, ਕਈ ਕੇਸ ਇਹੋ ਜਿਹੇ ਸਾਹਮਣੇ ਆ ਚੁੱਕੇ ਤੇ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਇਹੋ ਜਿਹੇ ਵਿਅਕਤੀ ਦੇ ਖਿਲਾਫ਼? ਫੰਡ ਸੀ ਸਜ਼ਾ ਦਿੱਤੀ ਜਾਵੇ, ਸਖ਼ਤ ਸਖ਼ਤ ਕਾਰਵਾਈ ਹੋਵੇ ਉਹਨਾਂ ਦੇ ਵੱਲ ਜੀ। ਇਨਸਾਫ਼ ਸਾਨੂੰ ਮਿਲਣ, ਇਨਸਾਫ਼ ਮਿਲਣਾ ਚਾਹੀਦਾ ਜੀ ਸਾਨੂੰ ਜੀ। ਲੜਕੀ ਦੇ ਹਾਲਾਤ ਠੀਕ ਹੈ ਮਤਲਬ ਕਿਵੇਂ? ਨਹੀਂ ਬਹੁਤ ਗੰਭੀਰ ਆ ਜੀ। ਦੁਬਾਰਾ ਮੇਜਰ ਸਿੰਘ ਜੀ। ਇੱਧਰ ਕਿਹੜਾ ਪਿੰਡ ਹੈ ਜੀ? ਮੇਰਾ ਪਿੰਡ ਸਾਹਿਬਪੁਰਾ ਜੀ। ਜਿਹੜਾ ਮਾਮਲਾ ਹੋਇਆ ਕੀ ਕਹਿਣਾ ਚਾਹੋਗੇ ਇਹਨੂੰ ਲੈ ਕੇ? ਇਹ ਤਾਂ ਬਹੁਤ ਜ਼ਿਆਦਾ ਹੈਰਾਨੀਜਨਕ ਮਾਮਲਾ ਹੋਇਆ ਜੀ ਇਹ। ਛੋਟੀ ਜਿਹੀ ਬੱਚੀ ਨਾਲ ਐਡਾ ਵੱਡਾ ਹਾਦਸਾ ਹੋਣਾ ਬਹੁਤ ਬੁਰੀ ਗੱਲ ਆ ਜੀ ਇਹ, ਜੋ ਕਿ ਅੱਗੇ ਵਾਸਤੇ, ਪੀੜ੍ਹੀਆਂ ਵਾਸਤੇ, ਬੱਚਿਆਂ ਵਾਸਤੇ ਬਹੁਤ ਬਾਹਰ ਨਿਕਲਣਾ ਹੋਵੇ ਜੀ। ਕੀ ਕਹਿਣਾ ਮਤਲਬ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ? ਕਾਰਵਾਈ ਤਾਂ ਅਸੀਂ ਇਹ ਚਾਹੁੰਦੇ ਵੀ ਜੋ ਵੀ ਜਿਨ੍ਹਾਂ ਨੇ ਵੀ ਇਹ ਕੀਤਾ ਜੀ ਇਹ ਕੰਮ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ, ਤਾਂ ਕਿ ਅੱਗੇ ਵਾਸਤੇ ਬੱਚਿਆਂ ਵਾਸਤੇ ਦੁਬਾਰਾ ਕੋਈ ਇਹੋ ਜਿਹਾ ਗ੍ਰਿਫਤਾਰ ਕੀਤਾ ਹਜੇ ਤੱਕ ਇਸ ਮਾਮਲੇ? ਇੱਕ ਸ਼ਖਸ ਗ੍ਰਿਫਤਾਰ ਕੀਤਾ ਗਿਆ ਜੀ, ਦੂਜੇ ਦੀ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਕੀ ਮਾਮਲਾ ਕੀ ਹੈ ਜਿਹੜਾ ਲੜਕੀ ਦੇ ਨਾਲ? ਰਾਤ ਨੂੰ 9 ਵਜੇ ਦੇ ਕਰੀਬ ਨਾਲ ਮਾਈਨਰ ਬੱਚੀ ਹੈ, 12 ਸਾਲ ਦੀ ਕਰੀਬ ਹੈ, ਗਲੀ ਜੀ ਬਾਹਰ ਜਾਗੋ ਨਿਕਲਦੀ, ਜਾਗੋ ਤੋਂ ਬਾਅਦ ਇਹਨਾਂ ਨੇ ਕਿਤੇ ਲੜਕੀ ਨੂੰ ਇਕੱਲੀ ਨੂੰ ਦੇਖ ਕੇ ਗੱਡੀ ਬਿਠਾ ਕੇ ਲੈ ਕੇ, ਦੋ ਮੁੰਡੇ। ਕਿੱਥੇ ਦਾ ਮਾਮਲਾ ਸਰ? ਇਹ ਬਰਵੇੜੇ ਪਿੰਡ ਦਾ ਜੀ। ਮੁੰਡਿਆਂ ਦੀ ਉਮਰ ਕਿੰਨੀ ਹੈਗੀ? ਮੁੰਡਿਆਂ ਦੀ 22-23 ਸਾਲ ਦੇ ਮੁੰਡੇ ਨੇ, ਉੱਥੇ ਦੀ ਰਹਿਣ ਵਾਲੇ? ਹਾਂ, ਬਰਵੇੜੇ ਰਹਿਣ ਵਾਲੇ। ਤਾਂ ਲੜਕੀ ਦੇ ਹਾਲਾਤ ਕਿੱਦਾਂ ਨੇ? ਠੀਕ ਨੇ, ਹੁਣ ਤਾਂ ਕੁਛ ਠੀਕ ਹੈ। ਕੋਈ ਗ੍ਰਿਫਤਾਰੀ ਹੋਈ ਹੈ ਸਰ? ਇੱਕ ਵੀ ਹੋ ਗਈ ਹੈ, ਦੂਜਾ ਇਲਜ਼ਾਮ ਤੱਕ ਜਲਦੀ ਕੋਈ ਕਰ ਲਾਂਗੇ। ਅਤੇ ਦੂਜੇ ਦੀ ਭਾਲ ਸਰ ਲੱਗੀ ਹੋਈ ਹੈ? ਪੁਲਿਸ ਲੱਗੀ ਹੋਈ ਹੈ, ਲੱਗੀ ਹੋਈ ਸਰ। ਸਰ ਪਰਿਵਾਰ ਨੂੰ ਕੀ ਵਿਸ਼ਵਾਸ ਹੋਇਆ? ਪਰਿਵਾਰ ਸਾਡੇ ਨਾਲ ਹੈ ਸਾਰਾ, ਕੋਈ ਗੱਲ ਨਹੀਂ ਹੈ ਜੀ। ਹਾਂ, ਇਹਦੇ ਨਾਲ ਹੀ ਅਸੀਂ ਕਾਰਵਾਈ ਕਰੋਂਗੇ? ਬਿਲਕੁਲ ਕਰ ਰਹੀ, ਚੱਲ ਰਹੀ 100%। ਨਾਮ ਰਾਮਪਾਲ ਸਿੰਘ ਜੀ। ਰਾਮਪਾਲ ਜੀ ਕਿੱਥੇ ਰਹਿੰਦੇ ਹੋ? ਬਲਵੇੜੇ ਜੀ। ਕੀ ਮਾਮਲਾ ਰਾਮਪਾਲ ਜੀ? ਇਹ ਕੁੜੀ ਨਾਲ ਜੀ ਬਹੁਤ ਬਲਾਤਕਾਰ ਕਰਿਆ ਜੀ, ਕੁੜੀ ਨਾਲ ਜੀ। ਕਿੰਨੇ ਨੇ? ਕੌਣ ਹੈ ਬੰਦਾ ਜੀ? ਪਿੰਡ ਦੇ ਮੁੰਡੇ ਨੇ ਜੀ। ਕੀ ਨਾਮ? ਨਾਮ ਦਲੀ ਸਿੰਘ ਜੀ। ਇੱਕ ਦਾ ਨਾਮ ਅਮਨ ਸਿੰਘ ਜੀ। 12 ਸਾਲ ਦੀ ਕੁੜੀ ਹੈ ਜੀ। ਕਿਹੜੀ ਬਰਾਦਰੀ ਤੋਂ ਸੰਬੰਧ ਰੱਖਦੇ ਸੀ? ਸੈਂਸੀ ਬਰਾਦਰੀ ਹੈ ਜੀ। ਤੇ ਹੁਣ ਪੁਲਿਸ ਨੂੰ ਕੋਈ ਕੰਪਲੇਂਟ ਹੈਗੀ? ਹਾਂਜੀ ਕਰਾਈ ਹੋਈ ਹੈ ਜੀ। ਕਦੋਂ ਹੋਇਆ ਇਹ ਘਟਨਾ? ਰਾਤ ਹੋਇਆ ਜੀ। ਕਿੰਨੇ ਕੁ ਵਜੇ ਬੰਦਾ ਵੜ ਗਿਆ? 8 ਵਜੇ ਹੋਇਆ ਜੀ ਇਹ ਕੰਮ ਜੀ। 9 ਵਜੇ? ਕੀ ਕਹਿਣਾ ਚਾਹੋਗੇ ਜਿਵੇਂ ਆਪਾਂ ਕਹਿ ਰਹੀਏ ਵੀ ਦਲਿਤ ਭਾਈਚਾਰਾ ਜਿਹੜਾ ਹੈਗਾ ਜਾਂ ਹੋਰ ਉਹਨਾਂ ਦੀਆਂ ਲੜਕੀਆਂ ਨਾਲ ਇਹੋ ਜਿਹੇ ਅੱਤਿਆਚਾਰ ਹੁੰਦੇ ਨੇ, ਕਈ ਕੇਸ ਇਹੋ ਜਿਹੇ ਸਾਹਮਣੇ ਆ ਚੁੱਕੇ ਤੇ ਕਿੱਦਾਂ ਦੀ ਕਾਰਵਾਈ ਹੋਣੀ ਚਾਹੀਦੀ ਇਹੋ ਜਿਹੇ ਵਿਅਕਤੀ ਦੇ ਖਿਲਾਫ਼? ਫੰਡ ਸੀ ਸਜ਼ਾ ਦਿੱਤੀ ਜਾਵੇ, ਸਖ਼ਤ ਸਖ਼ਤ ਕਾਰਵਾਈ ਹੋਵੇ ਉਹਨਾਂ ਦੇ ਵੱਲ ਜੀ। ਇਨਸਾਫ਼ ਸਾਨੂੰ ਮਿਲਣ, ਇਨਸਾਫ਼ ਮਿਲਣਾ ਚਾਹੀਦਾ ਜੀ ਸਾਨੂੰ ਜੀ। ਲੜਕੀ ਦੇ ਹਾਲਾਤ ਠੀਕ ਹੈ ਮਤਲਬ ਕਿਵੇਂ? ਨਹੀਂ ਬਹੁਤ ਗੰਭੀਰ ਆ ਜੀ। ਦੁਬਾਰਾ ਕੋਈ ਸ਼ਖਸ ਹੈ ਜੀ? ਦੁਬਾਰਾ ਮੇਜਰ ਸਿੰਘ ਜੀ। ਇੱਧਰ ਕਿਹੜਾ ਪਿੰਡ ਹੈ ਜੀ? ਮੇਰਾ ਪਿੰਡ ਸਾਹਿਬਪੁਰਾ ਜੀ। ਜਿਹੜਾ ਮਾਮਲਾ ਹੋਇਆ ਕੀ ਕਹਿਣਾ ਚਾਹੋਗੇ ਇਹਨੂੰ ਲੈ ਕੇ? ਇਹ ਤਾਂ ਬਹੁਤ ਜ਼ਿਆਦਾ ਹੈਰਾਨੀਜਨਕ ਮਾਮਲਾ ਹੋਇਆ ਜੀ ਇਹ। ਛੋਟੀ ਜਿਹੀ ਬੱਚੀ ਨਾਲ ਐਡਾ ਵੱਡਾ ਹਾਦਸਾ ਹੋਣਾ ਬਹੁਤ ਬੁਰੀ ਗੱਲ ਆ ਜੀ ਇਹ, ਜੋ ਕਿ ਅੱਗੇ ਵਾਸਤੇ, ਪੀੜ੍ਹੀਆਂ ਵਾਸਤੇ, ਬੱਚਿਆਂ ਵਾਸਤੇ ਬਹੁਤ ਬਾਹਰ ਨਿਕਲਣਾ ਹੋਵੇ ਜੀ। ਕੀ ਕਹਿਣਾ ਮਤਲਬ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ? ਕਾਰਵਾਈ ਤਾਂ ਅਸੀਂ ਇਹ ਚਾਹੁੰਦੇ ਵੀ ਜੋ ਵੀ ਜਿਨ੍ਹਾਂ ਨੇ ਵੀ ਇਹ ਕੀਤਾ ਜੀ ਇਹ ਕੰਮ, ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ, ਤਾਂ ਕਿ ਅੱਗੇ ਵਾਸਤੇ, ਬੱਚਿਆਂ ਵਾਸਤੇ ਦੁਬਾਰਾ ਕੋਈ ਇਹੋ ਜਿਹਾ ਗ੍ਰਿਫਤਾਰ ਕੀਤਾ ਹਜੇ ਤੱਕ ਇਸ ਮਾਮਲੇ? ਇੱਕ ਸ਼ਖਸ ਗ੍ਰਿਫਤਾਰ ਕੀਤਾ ਗਿਆ ਜੀ, ਦੂਜੇ ਦੀ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਵੀ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਸਰ ਕੀ ਮਾਮਲਾ ਕੀ ਹੈ ਜਿਹੜਾ ਲੜਕੀ ਦੇ ਨਾਲ? ਰਾਤ ਨੂੰ 9 ਵਜੇ ਦੇ ਕਰੀਬ ਨਾਲ ਮਾਈਨਰ ਬੱਚੀ ਹੈ, 12 ਸਾਲ ਦੀ ਕਰੀਬ ਹੈ, ਗਲੀ ਜੀ ਬਾਹਰ ਜਾਗੋ ਨਿਕਲਦੀ, ਜਾਗੋ ਤੋਂ ਬਾਅਦ ਇਹਨਾਂ ਨੇ ਕਿਤੇ ਲੜਕੀ ਨੂੰ ਇਕੱਲੀ ਨੂੰ ਦੇਖ ਕੇ ਗੱਡੀ ਬਿਠਾ ਕੇ ਲੈ ਕੇ, ਦੋ ਮੁੰਡੇ। ਕਿੱਥੇ ਦਾ ਮਾਮਲਾ ਸਰ? ਇਹ ਬਰਵੇੜੇ ਪਿੰਡ ਦਾ ਜੀ।
ਮੁੰਡਿਆਂ ਦੀ ਉਮਰ ਕਿੰਨੀ ਹੈਗੀ? ਮੁੰਡੇ ਦੀ 22-23 ਸਾਲ ਦੀ ਮੁੰਡੇ ਨੇ, ਉੱਥੇ ਦੀ ਰਹਿਣ ਵਾਲੀ? ਹਾਂ, ਬਲਵੇੜੇ ਦੇ ਰਹਿਣ ਵਾਲੇ। ਤਾਂ ਲੜਕੀ ਦੇ ਹਾਲਾਤ ਕਿੱਦਾਂ ਦੇ ਨੇ? ਠੀਕ ਨੇ, ਹੁਣ ਤਾਂ ਕੁਛ ਠੀਕ ਹੈ। ਕੋਈ ਗ੍ਰਿਫਤਾਰੀ ਹੋਈ ਹੈ ਸਰ? ਇੱਕ ਵੀ ਹੋ ਗਈ ਹੈ, ਬੱਚਾ ਇੰਜਾਮ ਤੱਕ ਜਲਦੀ ਕੋਈ ਕਰ ਲਾਂਗੇ। ਅਤੇ ਦੂਜੇ ਦੀ ਭਾਲ ਸਰ ਲੱਗੀ ਹੋਈ ਹੈ? ਪੁਲਿਸ ਲੱਗੀ ਹੋਈ ਹੈ, ਦੂਜੇ ਲੱਗੀ ਹੋਈ ਸਰ। ਸਰ ਪਰਿਵਾਰ ਨੂੰ ਕੀ ਵਿਸ਼ਵਾਸ ਹੋਇਆ? ਪਰਿਵਾਰ ਸਾਡੇ ਨਾਲ ਹੈ ਸਾਰਾ, ਕੋਈ ਗੱਲ ਨਹੀਂ ਹੈ ਜੀ। ਹਾਂ, ਇਹਦੇ ਨਾਲ ਹੀ ਅਸੀਂ ਕਾਰਵਾਈ ਕਰੋਗੇ? ਬਿਲਕੁਲ ਕਰ ਰਹੀ, ਚੱਲ ਰਹੀ 100%।